ਖਾਨ ਸਾਹਿਬ ਨੂੰ ਪਤਾ ਹੈ ਕਿ ਲਾਹੌਰ ਦੇ ਜਲਸੇ 'ਚ ਔਰਤਾਂ ਨਾਲ ਕਿੰਨਾ ਜ਼ੁਲਮ ਹੋਇਆ ਹੈ? ਇੰਨਾ ਜ਼ੁਲਮ ਤੇ ਭੇਡਾਂ ਦੇ ਰੇਵੜ 'ਚ ਬਘਿਆੜ ਵੜ ਜਾਵੇ ਤੇ ਉਦੋਂ ਨਹੀਂ ਹੁੰਦਾ, ਬਰੈਲਰ ਮੁਰਗੀਆਂ ਦਾ ਵੀ ਟੋਕਰੇ ਦੇ ਵਿੱਚ ਇਹ ਹਾਲ ਨਹੀਂ ਹੁੰਦਾ। ਤੇ ਜਿਹੜੀਆਂ ਮੇਰੀਆਂ ਭੈਣਾਂ ਘਰੋਂ ਦੁਪੱਟੇ ਨਹੀਂ ਸੀ ਲੈ ਕੇ ਆਈਆਂ, ਉਹਨਾਂ ਨੇ ਪਾਰਟੀ ਪਰਚਮ ਦੇ ਨਾਲ ਆਪਣੇ ਸਿਰ ਲੁਕੋਏ। ਇੱਕ ਬੀਬੀ ਦਾ ਤੇ ਨਵਾਂ ਸੂਟ ਹੀ ਖਾਰਦਾਰ ਤਾਰਾਂ 'ਚ ਫਸ ਗਿਆ, 18,000 ਦਾ ਸੂਟ ਸੀ। ਤਿੰਨ ਬੱਚੇ ਆਪਣੇ ਮਾਂ ਪਿਓ ਤੋਂ ਵਿਛੜ ਗਏ ਤੇ ਪੁਲਿਸ ਵਾਲੇ ਨੇ ਉਹਨਾਂ ਨੂੰ ਆਪਣੀ ਤਹਿਵੀਲ 'ਚ ਲਿਆ। ਫੀ ਬੱਚਾ 800 ਰੁਪਏ 'ਚ ਪਿਆ। ਆਈਸਕ੍ਰੀਮਾਂ, ਚੌਕਲੇਟਾਂ, ਸਲਾਂਟੀਆਂ, ਤੇ ਉਹ ਵੀ ਪੁਲਿਸ ਦੇ ਪੱਲਿਓਂ। ਤੇ ਖਾਨ ਸਾਹਿਬ, ਜਲਸਾ ਖਤਮ ਤੇ ਕੰਮ ਖਤਮ। ਤੇ ਉਹ ਲੋਕ ਜਿਨ੍ਹਾਂ ਨੇ ਖਾਨ ਸਾਹਿਬ ਤੇ ਇਤਬਾਰ ਕਰਦਿਆਂ ਹੋਇਆਂ ਆਪਣੀਆਂ ਬੱਚੀਆਂ ਨੂੰ ਘਰੋਂ ਕੱਢਤਾ, ਉਹਨਾਂ ਦੀ ਇਹ ਹਿਫਾਜ਼ਤ ਕੀਤੀ? ਕਿੰਨੇ ਸ਼ੌਕ ਨਾਲ ਵਿਚਾਰੀਆਂ ਘਰੋਂ ਮਹਿੰਦੀਆਂ, ਜੂੜੇ, ਮੇਕਅਪ ਕਰਕੇ ਆਈਆਂ ਸੀ, ਕਈਆਂ ਇੰਜ ਜਿਵੇਂ ਚੜੇਲਾਂ ਹੁੰਦੀਆਂ।